ਫਿਲਮ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਟਾਸਕ ਮੇਰਾ ਸੀ ਟੀਮ ਬਣਾਉਣੀ ਤੇ ਜਦੋਂ ਟੀਮ ਬਣ ਗਈ ਤੇ ਫਿਰ ਟੀਮ ਦਾ ਪਹਿਲਾ ਟਾਸਕ ਸੀ ਭਾਰ ਘਟਾਉਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਜੈ ਰੰਧਾਵਾ। ਇਹ ਵੀਡੀਓ ਅਸੀਂ ਬਣਾ ਰਹੇ ਹਾਂ ਸ਼ੂਟਰ ਫਿਲਮ ਦੀ ਟਰਾਂਸਫੋਰਮੇਸ਼ਨ ਲਈ ਕਿ ਉਸਦੇ ਕਰੈਕਟਰ ਲਈ, ਸੁੱਚੇ ਦੇ ਕਰੈਕਟਰ ਲਈ ਸਾਨੂੰ ਕਿੱਦਾਂ ਟਰਾਂਸਫੋਰਮੇਸ਼ਨ ਕਰਨੀ ਪਈ। ਸੋ ਸੁੱਚੇ ਫਿਲਮ ਦਾ ਸਭ ਤੋਂ ਪਹਿਲਾ ਟਾਰਗੇਟ ਸੀ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ੂਟਰ ਫਿਲਮ ਬਹੁਤ ਔਖੀ ਬਣੀ ਅਤੇ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ। ਸੋ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਤੁਹਾਨੂੰ ਪਤਾ ਅਤੇ ਪਰ ਥੋੜ੍ਹੀਆਂ ਨਹੀਂ ਪਤਾ, ਜਿਹੜੀਆਂ ਨਹੀਂ ਪਤਾ ਉਹ ਮੈਂ ਤੁਹਾਨੂੰ ਅੱਗੇ ਅੱਗੇ ਦੱਸ ਦੂੰਗਾ। ਪਰ ਸਭ ਤੋਂ ਪਹਿਲਾ ਟਾਰਗੇਟ ਇਹ ਸੀ ਕਰੈਕਟਰ ਦੀਆਂ ਲੁੱਕਸ ਵਿੱਚ ਕਿੱਦਾਂ ਆਉਣਾ, ਸਭ ਤੋਂ ਪਹਿਲਾ ਟਾਰਗੇਟ। ਅਤੇ ਹੁਣ ਲੁੱਕਸ ਵਿੱਚ ਆਉਣ ਲਈ ਉਹਨਾਂ ਨੂੰ ਆਪਣਾ ਵੇਟ ਘਟਾਉਣਾ ਪੈਣਾ ਸੀਗਾ। ਉਹਨਾਂ ਦਾ ਵੇਟ ਸੀਗਾ ਮੇਰੇ ਖਿਆਲ 'ਚ 68 ਕਿਲੋ। ਜਿੱਦਾਂ 68 ਵੇਟ ਸੀਗਾ, ਸਾਨੂੰ 58 ਵੇਟ ਕਰਨਾ ਸੀ ਉਹਨਾਂ ਦਾ। 10 ਕਿਲੋ ਰਿਡਿਊਸ ਕਰਨਾ ਸੀਗਾ 15 ਦਿਨਾਂ ਦੇ ਵਿੱਚ। ਵੇਟ ਘੱਟ ਕਰਨਾ ਤਾਂ ਜ਼ਰੂਰੀ ਸੀਗਾ ਕਿਉਂਕਿ ਸਾਨੂੰ ਸਕਰੀਨ 'ਤੇ ਉਹਨਾਂ ਨੂੰ ਸਕਿਨੀ ਦਿਖਾਉਣਾ ਸੀ ਅਤੇ ਐਕਚੁਅਲ ਦੇ ਵਿੱਚ ਜਿੰਨਾ ਬੰਦਾ, ਮਤਲਬ ਜੇ ਤੁਸੀਂ 60 ਕਿਲੋ ਦੇ ਹੋ ਤਾਂ ਸਕਰੀਨ 'ਤੇ ਤੁਸੀਂ 62 ਕਿਲੋ ਦੇ ਲੱਗੋਗੇ ਕਿ ਬੰਦਾ 30% ਮੋਟਾ ਲੱਗਦਾ ਸਕਰੀਨ 'ਤੇ। ਅਤੇ ਇਸ ਕਰਕੇ ਜਿੰਨਾ ਸਕਰੀਨ 'ਤੇ ਪਤਲਾ ਚਾਹੀਦਾ ਸੀ ਉਹ ਤੋਂ ਜ਼ਿਆਦਾ ਉਹਨਾਂ ਨੂੰ ਸਕਿਨੀ ਹੋਣਾ ਪੈਣਾ। ਸੋ ਸਾਨੂੰ ਸੀ ਕਿ ਭਾਰ 58 ਦੇ ਹੋ ਜਾਵੇ ਤਾਂ ਕਿ ਆਪਾਂ ਸਕਰੀਨ 'ਤੇ 60 ਦੇ ਆਸ ਪਾਸ ਦੇ ਲੱਗ ਜਾਈਏ। ਅਤੇ ਟਾਈਮ ਪਰ ਸਾਡੇ ਬਹੁਤ ਘੱਟ ਸੀਗਾ, 15 ਦਿਨ ਦਾ ਟਾਈਮ ਰਹਿ ਗਿਆ ਸੀਗਾ ਸ਼ਡਿਊਲ ਸਟਾਰਟ ਹੋਣ ਲਈ ਫਿਲਮ ਦੇ। ਅਤੇ ਦਿਲਸ਼ੇਰ ਵੀਰਾ ਅਤੇ ਖੁਸ਼ਪਾਲ ਵੀਰਾ ਥੋੜ੍ਹੀ ਟੈਨਸ਼ਨ 'ਚ ਸੀ ਪਹਿਲਾਂ, ਸਾਨੂੰ ਥੋੜ੍ਹੀ ਟੈਨਸ਼ਨ ਹੋ ਗਈ। ਮੈਂ ਭਾਈ ਨੂੰ ਕਿਹਾ ਭਾਈ ਹੋ ਜੂਗਾ, ਮੈਂ ਬਾਰ ਬਾਰ ਇੱਕੋ ਹੀ ਗੱਲ ਉਹਨਾਂ ਨੂੰ ਪੁੱਛੀ ਜਾ ਰਿਹਾ ਸੀ, ਹੋ ਜੂਗਾ ਭਾਈ ਹੋ ਜੂਗਾ। ਉਹ ਕਹਿੰਦੇ ਟੈਨਸ਼ਨ ਨਾ ਲੈ ਕਰ ਲਾਂਗੇ। ਸ਼ੁਰੂ 'ਚ ਥੋੜ੍ਹੀ ਟੈਨਸ਼ਨ ਸੀਗੀ, ਪਤਾ ਨਹੀਂ ਵੇਟ ਘੱਟ ਹੋ ਪਾਊਗਾ ਕਿ ਨਹੀਂ ਹੋ ਪਾਊਗਾ, ਪਰ ਸਾਨੂੰ ਹਰ ਵਾਰੀ ਇਹੀ ਕਹਿਣਾ ਕਿ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਸਿਰਫ ਆਪਣੇ ਕੰਮ ਵੱਲ ਫੋਕਸ ਰੱਖੋ ਅਤੇ ਮੈਂ ਘਟਾ ਲਊਂਗਾ ਵੇਟ। ਸੋ ਦਿਲਸ਼ੇਰ ਵੀਰਾ ਅਤੇ ਖੁਸ਼ਪਾਲ ਵੀਰਾ ਥੋੜ੍ਹੀ ਟੈਨਸ਼ਨ ਲੈਂਦੇ ਪਹਿਲਾਂ ਸਟਾਰਟਿੰਗ 'ਚ, ਪਤਾ ਨਹੀਂ ਘਟੂਗਾ ਪਤਾ ਨਹੀਂ ਨਹੀਂ ਘਟੂਗਾ। ਪਰ ਮੈਨੂੰ ਨਾ ਇੱਕ ਗੱਲ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸਾਫ ਰਹੀ ਆ ਕਿ ਮੈਨੂੰ ਅੱਜ ਤੱਕ ਕਦੀ ਕਿਸੇ ਨੇ ਮੌਕਾ ਨਹੀਂ ਦਿੱਤਾ। ਮੈਂ ਆਪਣੇ ਮੌਕੇ ਖੁਦ ਬਣਾਏ ਨੇ ਅਤੇ ਜਿਹੜਾ ਬੰਦਾ ਆਪਣੇ ਮੌਕੇ ਖੁਦ ਬਣਾਉਂਦਾ ਜਾਂ ਕੋਈ ਵੀ ਚੀਜ਼ ਖੁਦ ਬਣਾਉਂਦਾ ਤਾਂ ਬੜੀ ਰੀਝ ਨਾਲ ਉੱਤੇ ਜ਼ੋਰ ਲਾ ਕੇ ਬਣਾਉਂਦਾ। ਪੰਦਰਾਂ ਦਿਨਾਂ 'ਚ 10 ਕਿਲੋ ਭਾਰ ਘਟਾਉਣਾ ਔਖਾ ਕੰਮ ਨਹੀਂ ਆ, ਪਰ ਜਿਹੜੀਆਂ ਸਿਚੁਏਸ਼ਨਾਂ ਦੇ ਵਿੱਚ ਅਸੀਂ ਸੀ ਉਹ ਸਿਚੁਏਸ਼ਨਾਂ ਬੜੀਆਂ ਔਖੀਆਂ ਸੀ। ਉਹਨਾਂ ਨੇ ਆਪਣੀ ਟ੍ਰੇਨਿੰਗ ਸਟਾਰਟ ਕਰਤੀ ਸੀਗੀ, ਰਨਿੰਗ ਵਗੈਰਾ ਕਰਨੀ ਸ਼ੁਰੂ ਕਰਤੀ। ਜਿੱਦਣ ਸੋਚ ਲਿਆ ਕਿ 58 ਤੋਂ 58 ਕਰਨਾ ਤਾਂ ਪਹਿਲੇ ਦਿਨ ਮੈਂ ਕਿਹਾ ਕਿ ਚੱਲ ਭੱਜਦੇ ਹਾਂ ਅੱਜ। ਮੈਂ ਆਪਦੇ ਘਰੋਂ ਰਾਤ ਨੂੰ ਸਾਢੇ ਦਸ ਵਜੇ ਭੱਜਣਾ ਸ਼ੁਰੂ ਕਰਤਾ ਅਤੇ ਉਹ ਜੋਸ਼ ਜਿਹਾ ਪੂਰਾ ਚੜਿਆ ਹੋਇਆ ਸੀ। ਮੈਂ ਕਿਹਾ 58 ਤੋਂ 58 ਤਾਂ ਕਰ ਲੈਣਾ, ਤੂੰ ਐਂ ਲੱਗ ਰਿਹਾ ਸੀ ਜਿੱਦਾਂ ਕੱਲ੍ਹ ਸਵੇਰੇ ਹੋ ਜੂ 58। ਭੁੱਜਣਾ ਸ਼ੁਰੂ ਕੀਤਾ, ਭੱਜੀ ਗਿਆ 10-12 ਕਿਲੋਮੀਟਰ ਭੱਜ ਲਿਆ। ਫੋਨ 'ਚ ਮੀਟਰ ਜਿਹਾ ਆਉਂਦਾ ਜਦੋਂ ਪਤਾ ਲੱਗ ਜਾਂਦਾ ਕਿ 10-12 ਕਿਲੋਮੀਟਰ ਹੋ ਗਏ। ਭੱਜ ਕੇ ਅਤੇ ਬਹਿ ਗਿਆ, ਥੱਕ ਗਿਆ, ਪਸੀਨਾ ਬਹੁਤ ਆ ਗਿਆ, ਬਹਿ ਗਿਆ। ਜਦੋਂ ਬਹਿ ਗਿਆ ਉੱਥੇ ਤਾਂ ਫਿਰ ਖੜ੍ਹੇ ਨਹੀਂ ਹੋਇਆ, ਪੱਟ ਸੁੱਜ ਗਏ, ਬੁਰਾ ਹਾਲ। ਫਿਰ ਮੈਂ ਆਪਦੇ ਅਕਾਰਡਿੰਗ ਨੂੰ ਫੋਨ ਕਰਿਆ ਕਿ ਪ੍ਰਿੰਸੀਪਲ ਉਹਨਾਂ ਦਾ ਨਾਮ, ਮੈਂ ਕਿਹਾ ਬਾਈ ਆਇਓ। ਫਿਰ ਉਹ ਵੀਰਾ ਆਇਆ, ਫਿਰ ਉੱਥੋਂ ਮੈਨੂੰ ਲੈ ਕੇ ਗਿਆ। ਸੋ ਮੈਨੂੰ ਅਕਲ ਆਈ ਕਿ ਜੋਸ਼ ਨਾਲ ਕੰਮ ਨਹੀਂ ਬਣਦਾ, ਇੱਥੇ ਥੋੜ੍ਹੀ ਹੋਸ਼ ਵੀ ਚਾਹੀਦੀ ਕਿ ਅਕਲ ਨਾਲ ਵੀ ਕੰਮ ਚੱਲਣਾ ਪੈਣਾ। ਤਾਂ ਮੈਂ ਲੈ ਕੇ ਰੱਬ ਦਾ ਨਾਮ ਹੈਗਾ ਬਾਬਾ ਕਰੀ ਮੇਰ ਅਤੇ ਸ਼ੁਰੂ ਕਰਦਾ ਕੰਮ। ਅਗਲੇ ਦਿਨ ਮੈਂ ਦੁਪਹਿਰੇ ਟਰੈਡਮਿਲ ਦੇ ਉੱਤੇ ਪਹਿਲਾਂ ਮੈਂ ਜੋਗਿੰਗ ਜੀ ਕੀਤੀ, ਥੋੜ੍ਹਾ ਜਿਹਾ ਤੁਰਿਆ, ਜੋਗਿੰਗ ਤੋਂ ਤੁਰਿਆ ਅਤੇ 10 ਕੁ ਕਿਲੋਮੀਟਰ ਮੈਨੂੰ ਲੱਗਦਾ ਪੂਰੇ ਹੋਏ ਸੀ ਅਤੇ ਮੈਂ ਉੱਥੇ ਥੱਕ ਗਿਆ। ਫਿਰ ਮੈਂ ਆਪਣੇ ਇੱਕ ਮੇਰੇ ਜਿਹੜੇ ਪਰਸਨਲ ਟ੍ਰੇਨਰ ਵੀ ਨੇ ਅਤੇ ਮੇਰਾ ਭਰਾ ਵੀ ਆ ਚੰਦਨ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਈ ਕਿ ਐਂ ਘਟਾਉਣਾ ਭਾਰ ਘਟਾਉਣਾ 10 ਕਿਲੋ ਅਤੇ ਕਿਵੇਂ ਘਟੂਗਾ, ਕਿ ਡਾਈਟ ਡੂਟ ਦਾ ਹਿਸਾਬ ਵੀ ਦੱਸੋ। ਫਿਰ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ, ਉਹਨਾਂ ਨੇ ਦੱਸਿਆ ਮੈਨੂੰ ਕੀ ਕੀ ਕਰਨਾ ਚਾਹੀਦਾ, ਭੱਜਣਾ ਚਾਹੀਦਾ, ਖਾਣ ਪੀਣ 'ਚ ਦੱਸਿਆ ਕੀ ਕੀ ਖਾਣਾ ਚਾਹੀਦਾ। ਮਸਲ ਬਣਦੇ ਆ ਤਾਂ ਆਪਾਂ ਵਰਕਆਊਟ ਅਤੇ ਡਾਇਟ ਪਲਾਨ ਬਣਾਉਣ 'ਚ ਕੋਈ ਦਿੱਕਤ ਨਹੀਂ ਸੀ, ਪਰ ਪ੍ਰੋਬਲਮ ਇਹ ਸੀ ਕਿ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੇ ਇਹ ਕਿਹਾ ਸੀ ਕਿ ਮਸਲ ਨਹੀਂ ਹੋਣੇ ਚਾਹੀਦੇ ਬੋਡੀ 'ਚ। ਫਿਰ ਇਹ ਸੋਚਿਆ ਕਿ ਸਾਡੇ ਕੋਲ ਸਿਰਫ ਇੱਕ ਹੀ ਤਰੀਕਾ ਹੈ, ਉਹ ਆ ਰਨਿੰਗ। ਚਲੋ ਮੈਂ ਤੁਹਾਨੂੰ ਡਾਇਟ ਸਕੈਜੂਲ ਬਣਾ ਦਿੰਦਾ, ਤੁਹਾਡਾ ਵਰਕਆਊਟ ਸਕੈਜੂਲ ਬਣਾ ਦਿੰਦਾ, ਪਰ ਉੱਤੋਂ ਦੀ ਉਹ ਵੈਜੀਟੇਰੀਅਨ ਵੀ ਹੈਗਾ। ਫਿਰ ਉਹਨਾਂ ਟ੍ਰੇਨਰ ਨੇ ਕਾਫੀ ਉਹ ਜਿੱਦਾਂ ਡਾਇਟ ਪਲਾਨ ਬਣਾ ਕੇ ਦਿੱਤੇ ਕਿ ਤੁਸੀਂ ਇੱਦਾਂ ਇੱਦਾਂ ਖਾਣਾ, ਮੀਲਸ ਵਿੱਚ ਕਾਫੀ ਕੁਛ ਐਡ ਕੀਤਾ, ਪਰ ਇਹਨਾਂ ਨੇ ਸਿਰਫ ਫਰੂਟ ਦੀ ਹੀ ਡਾਇਟ ਰੱਖੀ, ਹੋਰ ਕੁਛ ਨਹੀਂ ਕਰਦਾ ਵੀ, ਤਾਂ ਸਿਰਫ ਫਰੂਟਸ ਹੀ ਕਰਦੇ, ਕੋਈ ਰੋਟੀ ਨਹੀਂ ਅਤੇ ਸਿਰਫ ਫਰੂਟਸ, ਅਤੇ ਉਹਦੇ ਨਾਲ ਬੋਡੀ 'ਚ ਥੋੜ੍ਹੀ ਜਿਹੀ ਵੀਕਨੈਸ ਵੀ ਆ ਜਾਂਦੀ, ਤੁਸੀਂ ਵੇਟ ਟ੍ਰੇਨ ਨਹੀਂ ਕਰ ਸਕਦੇ।
ਤੁਸੀਂ ਥੋੜ੍ਹਾ ਵੀਕ ਵੀਕ ਫੀਲ ਕਰਨ ਲੱਗ ਜਾਂਦੇ ਆ ਅਚਾਨਕ, ਉਹ ਵੀ ਮੇਰੇ ਲਈ ਕਿਉਂਕਿ ਪਹਿਲਾਂ ਮੈਂ ਜਿੰਮ ਲਾਉਂਦਾ ਸੀ ਉੱਥੇ ਜਿੱਦਾਂ ਦੀ ਡਾਇਟ ਸੀ ਅਤੇ ਇੱਕਦਮ ਸਾਰੀ ਡਾਇਟ ਕੱਟ ਕਰਕੇ ਤੁਸੀਂ ਸਿਰਫ ਫਰੂਟਸ 'ਤੇ ਆ ਜਾਣਾ, ਅਤੇ ਫਰੂਟ ਦੇ ਵਿੱਚ ਵੀ ਕੀ ਕੋਈ ਜੂਸ ਨਹੀਂ ਪੀਣਾ, ਉਹਦੇ 'ਚ ਸਿਰਫ ਰਫੇ 'ਚ ਖਾਣੀ ਸਾਰੀ, ਕਿ ਸੰਤਰੇ ਖਾ ਲਓ, ਸੇਬ ਖਾ ਲਓ, ਰਨਿੰਗ ਹੀ ਕਰਨੀ ਬਸ। ਅੱਜ ਪਹਿਲੇ 5 ਦਿਨਾਂ ਬਾਅਦ ਆਪਾਂ ਮਿਲੇ ਅਤੇ 4 ਕਿਲੋ ਵੇਟ ਰਿਡਿਊਸ ਹੋ ਗਿਆ ਸੀ ਉਦੋਂ, ਅਤੇ ਇਹਨਾਂ ਬਨੈਣ ਪਵਾ ਕੇ ਦੇਖੀ ਅਤੇ ਸ਼ੋਲਡਰ ਅਜੇ ਵੀ ਉਹਨਾਂ ਦੇ ਹੈਵੀ ਸੀਗੇ, ਅਤੇ ਮੈਂ ਕਿਹਾ ਭਾਈ ਸ਼ੋਲਡਰ 'ਤੇ ਵਰਕ ਕਰਨਾ ਪੈਣਾ, ਕਿਉਂਕਿ ਮੈਂ 5 ਦਿਨ ਜਿਹੜੀ ਐਕਸਰਸਾਈਜ਼ ਕੀਤੀ ਉਹਦੇ ਵਿੱਚ ਮੈਂ ਥੋੜ੍ਹੇ ਡੰਡ ਵੀ ਲਾਉਂਦਾ ਰਿਹਾ, ਸੋ ਡੰਡ ਲਾਉਣ ਦੇ ਨਾਲ ਤੁਹਾਡੇ ਮੋਢੇ ਜਿਹੜੇ ਆ ਗੋਲ ਹੋ ਗਏ। ਅਤੇ ਮੈਂ ਆਪਦੇ ਦਿਮਾਗ ਨੂੰ ਵੀ ਨਹੀਂ ਇੰਨਾ ਸੋਚਿਆ ਨਹੀਂ ਦਿਮਾਗ ਤੋਂ ਕਿ ਯਾਰ ਡੰਡ ਲਾਉਣ ਦੇ ਨਾਲ ਤਾਂ ਸ਼ੇਪ ਹੀ ਬਣ ਜਾਂਦੀ ਹੁੰਦੀ ਕਿ ਇਹ ਨਹੀਂ ਕਰਨਾ ਆਪਾਂ। ਮੈਂ ਕਿਹਾ ਯਾਰ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ, ਮੈਂ ਮੁੱਕਰ ਗਿਆ ਸੀ ਉੱਥੇ। ਦੈਨ ਆਈ ਟੋਲਡ ਹਿਮ ਕਿ ਤੁਹਾਨੂੰ ਟ੍ਰੈਡਮਿਲ 'ਤੇ ਜੋਗਿੰਗ, ਸਪ੍ਰਿੰਟਸ, ਕ੍ਰੌਸਫਿਟ ਵਗੈਰਾ ਜ਼ਿਆਦਾ ਕਰਨਾ ਪਊਗਾ। ਫਿਰ ਮੈਂ ਟ੍ਰੈਡਮਿਲ ਦੇ ਉੱਤੇ ਜਿਹੜਾ ਦੁਪਹਿਰੇ ਭੱਜਦਾ ਸੀ ਨਾਲ ਰਨਿੰਗ ਕਰਦਾ ਸੀ, ਉਹਦੇ ਨਾਲ ਢਿੱਡ ਦੀਆਂ ਐਕਸਰਸਾਈਜ਼ਾਂ ਸ਼ੁਰੂ ਕਰਤੀ। ਯਾਰ ਮੈਂ ਜਿੰਨੇ ਵੀ ਬੰਦੇ ਟ੍ਰੇਨ ਕੀਤੇ ਅੱਜ ਤੱਕ ਮੇਰੀ ਲਾਈਫ 'ਚ, ਇਹ ਮੁੰਡੇ 'ਚ ਮੈਂ ਇੱਕ ਡਿਫਰੈਂਸ ਵੇਖਿਆ ਸੀਗਾ ਕਿ ਇਹ ਜਿਹਨੂੰ ਆਪਾਂ ਪੰਜਾਬੀ 'ਚ ਅੜਬ ਨਹੀਂ ਕਹਿੰਦੇ, ਇਹ ਅੜਬ ਸੀ, ਇਹ ਰੁਕਿਆ ਨਹੀਂ। ਮਤਲਬ ਬਹੁਤ ਔਖਾ ਜਿਹੜਾ ਕੌਨਸੈਪਟ ਲੈ ਕੇ ਆਏ ਸੀਗੇ ਬੋਡੀ ਦਾ, ਬਹੁਤ ਜ਼ਿਆਦਾ ਔਖਾ ਸੀਗਾ। ਭਾਈ ਕਹਿੰਦੇ ਹੁਣ ਮੈਂ ਹੋਰ ਜ਼ਿਆਦਾ ਮਿਹਨਤ ਕਰੂੰਗਾ, ਕੋਈ ਨਹੀਂ ਕਹਿੰਦੇ 10 ਦਿਨ ਰਹਿ ਗਿਆ, 10 ਦਿਨਾਂ 'ਚ ਕਹਿੰਦੇ ਰਿਡਿਊਸ ਕਰਨੇ ਕਰਨਾ ਮੈਂ। ਘੋੜੇ ਦੇ ਨਹੀਂ ਦੇਖਦੇ ਅੱਖਾਂ ਦੇ ਸਾਈਡ 'ਤੇ ਲੱਗੇ ਹੁੰਦੇ ਆ ਕਿ ਲੈਫਟ ਰਾਈਟ ਨਹੀਂ ਦੇਖਣਾ, ਸਿੱਧਾ ਫੋਕਸ ਰੱਖਣਾ, ਸੇਮ ਉੱਦਾਂ ਹੀ ਇੱਕ ਚੀਜ਼ 'ਤੇ ਹੀ ਫੋਕਸ ਰੱਖਣਾ ਅਤੇ ਉਹ ਪੂਰੀ ਕਰਕੇ ਛੱਡਣੀ, ਅਤੇ ਇੱਦਾਂ ਦਾ ਥੋੜ੍ਹਾ ਨੇਚਰ ਆ ਵੀਰੇ ਦਾ। ਇੰਜਰੀ ਦਾ ਵੀ ਧਿਆਨ ਰੱਖਣਾ, ਵੇਟ ਵੀ ਲੂਜ਼ ਕਰਨਾ, ਐਂਡ ਆਪਣੇ ਮੈਂਟਲੀ ਵੀ ਅਪ ਤੁਸੀਂ ਪ੍ਰਿਪੇਅਰ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ 15 ਦਿਨ ਇਨਫ ਨਹੀਂ ਸੀ, ਸਾਰਾ ਕੁਝ ਪੁਆਇੰਟ 'ਤੇ ਚੱਲਦਾ ਸੀ, ਸਕ੍ਰਿਪਟ ਵੀ ਚੱਲ ਰਹੀ ਆ, ਡਾਇਲੋਗਸ ਵੀ ਚੱਲ ਰਹੇ ਆ, ਲੋਕੇਸ਼ਨਸ ਚੱਲ ਰਹੀਆਂ, ਇੱਧਰ ਭਾਰ ਘਟਾ ਰਹੇ ਹਾਂ, ਸੋ ਬੜੀਆਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ। ਸੌਣ ਦਾ ਟਾਈਮ ਨਹੀਂ ਮਿਲਦਾ ਸੀ ਉਹਨਾਂ ਨੂੰ ਵੀ, ਉਹ ਵੀ ਦਿਨ ਰਾਤ ਕੰਮ ਕਰਦੇ ਸੀ। ਡੀਮੋਟੀਵੇਟ ਹੋ ਜਾਣਾ, ਵਿੱਚ ਵਿੱਚ ਐਂ ਲੱਗਣਾ ਕਿ ਨਹੀਂ ਟੁੱਟਣਾ ਭਾਰ, ਵਿੱਚ ਵਿੱਚ ਇੱਦਾਂ ਵੀ ਲੱਗਣ ਲੱਗ ਜਾਂਦਾ ਸੀ ਕਿ ਸ਼ਾਇਦ ਮੇਰਾ ਭਾਰ ਹੀ ਇੰਨਾ ਕਿ ਮੇਰੇ ਹੱਡ ਇੰਨੇ ਭਾਰੇ ਆ, ਜਾਂ ਮੇਰਾ ਭਾਰ 66 ਕਿਲੋ ਤੋਂ ਘੱਟ ਹੋ ਨਹੀਂ ਸਕਦਾ। ਫਿਰ ਮੈਨੂੰ ਇੱਦਾਂ ਲੱਗਿਆ ਕਿ ਯਾਰ ਗੜਬੜ ਹੈ, ਕਿ ਜਾਂ ਤਾਂ ਆਪਣੀ ਮਿਹਨਤ ਵਧੀਆ ਨਹੀਂ ਲੱਗ ਰਹੀ, ਜਾਂ ਮੈਂ ਆਪਾਂ ਮਿਹਨਤ ਕਰ ਹੀ ਨਹੀਂ ਰਹੇ ਤਾਂ ਨਹੀਂ ਘੱਟ ਰਿਹਾ, ਅਤੇ ਜਾਂ ਫਿਰ ਮਿਹਨਤ ਹੋਰ ਕਰਨ ਦੀ ਲੋੜ ਹੈ। ਅਤੇ ਪਹਿਲੀਆਂ 2 ਆਪਸ਼ਨ ਜਿਹੜੇ ਸੀਗੇ ਉਹ ਤਾਂ ਗਲਤ ਸੀ, ਕਿ ਮਿਹਨਤ ਤਾਂ ਕਰ ਰਹੇ ਸੀ ਅਤੇ ਕਰ ਵੀ ਸਹੀ ਰਹੇ ਸੀ। 3ਜਾ ਆਪਸ਼ਨ ਜਿਹੜਾ ਸੀ ਉਹ ਥੋੜ੍ਹਾ ਮੈਨੂੰ ਲੱਗਿਆ ਕਿ ਮਿਹਨਤ ਹੋਰ ਕਰਨ ਦੀ ਲੋੜ ਹੈ। ਘਬਰਾਹਟ ਹੁੰਦੀ ਸੀ, ਵੀਕਨੈਸ ਫੀਲ ਹੁੰਦੀ ਸੀ, ਹੋ ਹੀ ਜਾਵੇ ਉਹਦੀ, ਲਿਟਰਲੀ ਉਹਨੂੰ ਫਰਕ ਨਹੀਂ ਪੈ ਰਿਹਾ ਸੀ ਕਿਸੇ ਚੀਜ਼ ਨਾਲ, ਬਟ ਹੀ ਵਾਸ ਕੁਆਇਟ ਫੋਕਸ, ਆਈ ਮੀਨ ਇਨਸੇਨ। ਜਿਹੜੀ ਮੈਂ ਚੀਜ਼ ਇੱਕ ਵਾਰੀ ਸੋਚ ਲੈਂਦਾ ਕਿ ਯਾਰ ਆਹ ਚੀਜ਼ ਪੂਰੀ ਕਰਨੀ ਹੈ ਤਾਂ ਮੈਂ ਪੂਰੀ ਕਰਦਾ ਹੁੰਦਾ ਫਾਈਨਲ ਰਿਜ਼ਲਟ ਦੇਖਣ ਲਈ, ਔਰ ਮਤਲਬ ਜਬ ਤੱਕ ਉਹ ਗਿਰਤਾ ਨਹੀਂ ਤਾਂ ਮਤਲਬ ਉਸਨੇ ਰੁਕਣੇ ਦਾ ਨਾਮ ਹੀ ਨਹੀਂ ਲੈਣਾ, ਉਹ ਰੁਕਤਾ ਨਹੀਂ ਥਾ। ਔਰ ਫਿਰ ਅੱਖਾਂ ਬੰਦ ਕਰਕੇ ਮੈਂ ਕਿਹਾ ਕਿ ਕੋਈ ਨਹੀਂ, ਕਿ 58 ਕਿਲੋ ਕਰਨਾ ਤਾਂ ਕਰਾਂਗੇ ਆਪਾਂ ਜਿਵੇਂ ਮਰਜ਼ੀ ਕਰਕੇ। ਇੱਕ ਬੜਾ ਛੋਟਾ ਜਿਹਾ ਫਰਕ ਹੁੰਦਾ ਕਾਮਯਾਬੀ ਅਤੇ ਫੇਲੀਅਰ 'ਚ, ਉਹਨੂੰ ਕਹਿੰਦੇ ਆ ਹਿੰਮਤ। ਜਿਹੜਾ ਬੰਦਾ ਹਿੰਮਤ ਕਰ ਜਾਂਦਾ ਉਹ ਫੇਲੀਅਰ ਤੋਂ ਟੱਪ ਕੇ ਕਾਮਯਾਬੀ ਵੱਲ ਚੱਲ ਜਾਂਦਾ, ਜਿਹੜਾ ਹਿੰਮਤ ਹਾਰ ਜਾਂਦਾ ਉਹ ਪਿੱਛੇ ਰਹਿ ਜਾਂਦਾ। ਫਿਰ ਕੀ ਕੀਤਾ, ਫਿਰ ਅਸੀਂ ਸਵੇਰੇ, ਮੈਂ ਕਿਹਾ ਕਿ ਸਵੇਰ ਦੀ ਰਨਿੰਗ ਵੀ ਸ਼ੁਰੂ ਕਰਦੇ, ਕਿ ਜਿਹੜੀ ਦੁਪਹਿਰ ਦੀ ਹੈਗੀ ਆ ਉਹ ਦੁਪਹਿਰ ਨੂੰ ਟ੍ਰੈਡਮਿਲ 'ਤੇ ਭੱਜਦੇ, ਜਿਹੜਾ ਭੱਜਦੇ ਆਪਾਂ ਸਵੇਰ ਦਾ ਵੀ ਕੰਮ ਸ਼ੁਰੂ ਕਰਦੇ। ਫਿਰ ਸਵੇਰੇ ਰਨਿੰਗ ਸ਼ੁਰੂ ਕੀਤੀ, ਗਰਾਊਂਡ ਰਨਿੰਗ, ਟ੍ਰੈਡਮਿਲ 'ਤੇ ਨਹੀਂ, ਗਰਾਊਂਡ ਰਨਿੰਗ। Thank you.
ਭਾਈ ਨੇ ਤਿੰਨ ਟਾਈਮ ਰਨਿੰਗ ਕਰਨੀ ਸਟਾਰਟ ਕਰਤੀ ਸਵੇਰੇ ਦੁਪਹਿਰੇ ਸ਼ਾਮੀ। ਜਿੱਦਾਂ ਇੱਕ ਬੰਦੇ ਦੇ ਲਈ ਮਿਸ਼ਨ ਨਹੀਂ ਬਣ ਜਾਂਦਾ ਕਿ ਇਹ ਮੇਰਾ ਮਿਸ਼ਨ ਹੈ, ਇਹਨੂੰ ਮੈਂ ਜਿੰਨਾ ਚਿਰ ਤੱਕ ਝੰਡਾ ਕੱਢਿਆ ਨਾ ਤੇ ਆਪਾਂ ਹਟਣਾ ਨਹੀਂ, ਇਹ ਮੇਰੇ ਲਈ ਮਿਸ਼ਨ ਸੀ। ਮੈਂ ਸਵੇਰੇ ਉੱਠ ਕੇ ਜਦੋਂ ਭੱਜਣ ਜਾਣਾ, ਭੱਜ ਕੇ ਵਾਪਸ ਆਉਣਾ, ਰੂਟੀਨ ਬਣਾ ਲਈ ਸੀ। ਸਵੇਰੇ ਭੱਜਣ ਜਾਣਾ, ਉੱਥੇ ਐਕਸਰਸਾਈਜ਼ਾਂ ਕਰ ਲੈਣੀਆਂ, ਭੱਜ ਕੇ ਵਾਪਸ ਆਉਣਾ, ਆ ਕੇ ਫਰੂਟ ਖਾ ਕੇ 2-3 ਘੰਟੇ ਰੈਸਟ ਕਰਕੇ ਟ੍ਰੈਡਮਿਲ 'ਤੇ ਫਿਰ ਢਿੱਡ ਦੀਆਂ ਐਕਸਰਸਾਈਜ਼ਾਂ। ਇੱਦਾਂ ਕਰਕੇ ਮੈਂ 5 ਕੁ ਦਿਨ ਆ ਗਿਆ। ਜਿਹੜੀ ਜੋਗਿੰਗ ਜਾਂਦੀ ਸੀ ਸਵੇਰੇ ਸਾਈਕਲਿੰਗ 'ਤੇ ਲੇਕ ਜਾਣਾ ਸ਼ੁਰੂ ਕਰਤਾ ਕਿ ਸਵੇਰੇ ਸਾਈਕਲ 'ਤੇ ਜਾਇਆ ਕਰੂੰਗਾ, ਲੇਕ ਭੱਜਿਆ ਕਰੂੰਗਾ, ਵਾਪਸ ਸਾਈਕਲ 'ਤੇ ਆਇਆ ਕਰੂੰਗਾ। ਤਾਂ ਮੈਨੂੰ ਯਾਦ ਆ ਚੱਲ ਜਾਂਦਾ ਸੀ ਮੁੜਕੇ ਜਿਹੜਾ ਮੈਂ ਵਾਪਸ ਆਉਂਦਾ ਸੀ ਉਹ ਬਹੁਤ ਸਭ ਤੋਂ ਚੰਗੀ ਅਤੇ ਮਾੜੀ ਗੱਲ ਜੈ ਦੀ ਇਹੀ ਹੈ ਕਿ ਉਹ ਗੱਲ ਨਹੀਂ ਸੁਣਦਾ, ਅਤੇ ਮੈਨੂੰ ਜਿੱਦਾਂ ਦਾ ਵਰਕਆਊਟ, ਜਿੱਦਾਂ ਦਾ ਇਹਨੂੰ ਡਾਇਟਸ ਦਿੱਤਾ ਸੀਗਾ, ਮੀਨ ਕਿ ਮੈਨੂੰ ਪਤਾ ਸੀ ਕਿ ਉਹ ਫੇਂਟ ਹੋਜੂਗਾ, ਅਤੇ ਹੋਇਆ ਵੀ, 2 ਦਿਨ ਬਾਅਦ ਉਹ ਫੇਂਟ ਹੋ ਗਿਆ। ਉਹਨਾਂ ਦੇ ਟ੍ਰੇਨਰ ਨੇ ਸਾਨੂੰ ਦੱਸਿਆ 1-2 ਵਾਰੀ ਕਿ ਫੇਂਟ ਵੀ ਹੋ ਗਏ ਸੀਗੇ ਟ੍ਰੇਨਿੰਗ ਕਰਦੇ ਕਰਦੇ। ਰਨਿੰਗ ਕਰਦੇ ਕਰਦੇ ਅਚਾਨਕ ਡੀਮੋਟੀਵੇਟ ਹੋ ਜਾਣਾ ਕਿ ਇਹ ਨਹੀਂ ਹੋਣਾ, ਜਾਂ ਪਾਰ ਘਟਣਾ ਨਹੀਂ ਆ, ਮਤਲਬ ਪਤਾ ਨਹੀਂ ਕੀ ਹੋ ਜਾਂਦਾ ਸੀ। ਕਿਸੇ ਕਿਸੇ ਦਿਨ ਭੱਜਣ ਜਾਣਾ ਅਤੇ ਭੱਜਦੇ ਭੱਜਦੇ ਨੂੰ ਐਂ ਲੱਗਣਾ ਕਿ ਹੈ ਨਹੀਂ, ਹੋਣਾ ਨਹੀਂ, ਇਹ ਘਟਣਾ ਨਹੀਂ ਆ, ਔਰ ਮਨ ਜਾਂ ਮਾਰ ਕੇ ਲੱਗੇ ਰਹਿਣਾ, ਭੱਜੀ ਜਾਣਾ ਭੱਜੀ ਜਾਣਾ। 10 ਦਿਨ ਜਦੋਂ ਲੰਘ ਗਏ ਸਾਨੂੰ ਕਾਫੀ ਐਕਸਪੈਕਟੇਸ਼ਨ ਹੋ ਗਈਆਂ ਕਿ ਹਾਂ ਪੋਸੀਬਲ ਹੋ ਸਕਦਾ ਕਿ ਵੇਟ ਜਿੰਨਾ ਆਪਾਂ ਚਾਹੁੰਦੇ ਉੰਨਾ ਘੱਟ ਜੂਗਾ। 62-63 62-63 ਲੱਗ ਗਏ ਉਹਨਾਂ ਦਾ ਵੇਟ ਹੋ ਗਿਆ ਸੀ। ਉਹਨਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਨਾ ਕਰ ਪਾਉਂਦਾ, ਫਿਰ ਸਾਨੂੰ ਹੌਸਲਾ ਜਿਹਾ ਹੋਇਆ ਨਹੀਂ ਹੁਣ ਘਟਾ ਸਕਦੇ ਆ, 5 ਦਿਨ ਰਹਿ ਗਏ ਸੀ, 3-4 ਕਿਲੋ ਹੋਰ ਘਟਾਉਣਾ ਸੀ ਉਹਨਾਂ ਨੇ ਬਸ। ਅਤੇ ਆਪਣਾ ਵੇਟ ਬੜੇ ਵਧੀਆ ਤਰੀਕੇ ਨਾਲ ਲੂਜ਼ ਹੋਣਾ ਸ਼ੁਰੂ ਹੋ ਗਿਆ, ਆਪਾਂ ਗੋਲ ਵੱਲ ਪਹੁੰਚਣ ਲੱਗ ਪਏ ਭਾਈ ਨੂੰ। 10 ਦਿਨ ਬਾਅਦ ਜਦੋਂ ਮਿਲੇ ਉਸ ਤੋਂ ਬਾਅਦ ਹੀ ਟੈਸਟ ਕੀਤਾ ਸੀ ਉਹਨਾਂ ਦਾ, ਕਲੀਨ ਸ਼ੇਵ ਕਰਕੇ। ਉਹ ਵੀ ਡਰ ਸੀਗਾ ਕਿ ਹੁਣ ਭਾਈ ਨੂੰ ਸੂਟ ਕਰੇ ਨਾ ਕਰੇ, ਕਦੀ ਦੇਖਿਆ ਤਾਂ ਹੈ ਨਹੀਂ ਆਪਾਂ ਨਾ, ਡਰ ਸੀ। ਪਰ ਉਹ ਵਧੀਆ ਲੱਗਣ ਲੱਗ ਪਿਆ, ਅੱਖਾਂ ਨੂੰ ਜਜਣ ਲੱਗ ਪਈ ਹਰ ਚੀਜ਼ ਹੌਲੀ ਹੌਲੀ, ਜਦੋਂ ਕਹਿੰਦਾ ਰੱਬ ਨਾਲ ਹੁੰਦਾ ਅਤੇ ਹਰ ਚੀਜ਼ ਸਿੱਧੇ ਪਾਸੇ ਪੈਂਦੀ। ਲੁੱਕ ਟੈਸਟ ਹੋਈ, ਆਪਾਂ ਫੋਟੋਆਂ ਖਿੱਚੀਆਂ ਅਤੇ ਪਤਾ ਨਹੀਂ ਲੱਗਦਾ ਸੀਗਾ ਕਿ ਪਛਾਣ ਨਹੀਂ ਕਰ ਸਕਦੇ ਕਿ ਜੇ ਰੰਧਾਵਾ ਆ ਕਿ ਸੋਚਾ ਆ, ਅਤੇ ਸਾਨੂੰ ਇੰਨੀ ਖੁਸ਼ੀ ਸੀਗੀ ਕਿ ਇੱਕਦਮ ਕਰੈਕਟਰ ਦੇ ਵਿੱਚ ਫਿੱਟ ਬਹਿ ਗਏ ਸੀਗੇ, ਅਤੇ ਲੁੱਕ ਸੇਮ ਉੱਦਾਂ ਦੀ ਲੱਗਦੀ ਸੀਗੀ ਜਿੱਦਾਂ ਦੀ ਆਪਾਂ ਸੋਚਦੇ ਸੀ। ਉਸ ਤੋਂ ਬਾਅਦ ਰਹਿ ਗਏ ਸੀਗੇ 4-5 ਕਿਲੋ ਹੋਰ ਘਟਾਉਣਾ ਸੀ, ਪਿੱਛੇ 5 ਦਿਨ ਰਹਿ ਗਏ। ਫਿਰ ਕੀ ਕੀਤਾ, ਸਵੇਰੇ ਰਨਿੰਗ ਕਰਿਆ ਕਰਨੀ, ਦੁਪਹਿਰੇ ਟ੍ਰੈਡਮਿਲ ਪਲੱਸ ਢਿੱਡ ਦੀਆਂ ਐਕਸਰਸਾਈਜ਼ਾਂ, ਅਤੇ ਸ਼ਾਮ ਨੂੰ ਫਿਰ ਰਨਿੰਗ। ਇੰਨੀ ਡੈਡੀਕੇਸ਼ਨ ਦੇਖ ਕੇ ਤਾਂ ਮੇਰਾ ਵੀ ਦਿਲ ਕਰਨ ਲੱਗ ਪਿਆ ਮੈਂ ਵੀ ਰੋਜ਼ ਰਨਿੰਗ 'ਤੇ ਜਾਇਆ ਕਰਾਂ। ਸਾਡਾ ਘਰ ਉਹਨਾਂ ਦੇ ਘਰ ਤੋਂ 12-13 ਕਿਲੋਮੀਟਰ ਦੂਰ ਆ, ਪਰ ਫਿਰ ਵੀ ਕਈ ਵਾਰੀ 2-3 ਵਾਰੀ ਇੱਦਾਂ ਹੋਇਆ ਕਿ ਰਾਤ ਨੂੰ ਰਨਿੰਗ ਕਰਦੇ ਕਰਦੇ ਸਾਡੇ ਘਰ ਆ ਜਾਣਾ, ਸਲਾਹ ਕਰਨ ਕਿ ਕਿੱਦਾਂ ਕਰਨ ਲੱਗ ਗਏ ਹੈ ਨਾ, ਅਤੇ ਇਸ ਚੀਜ਼ ਲਈ ਬਹੁਤ ਮਿਹਨਤ ਕੀਤੀ ਉਹਨਾਂ ਨੇ। ਹੁਣ ਕੀ ਸੀ ਕਿ ਖਾਂਦਾ ਤਾਂ ਮੈਂ ਇਕੱਲੇ ਫਰੂਟ ਸੀ, ਅਤੇ ਐਕਸਰਸਾਈਜ਼ ਵਧਾਤੀ ਸੀ, ਵੀਕਨੈਸ ਹੋਰ ਜ਼ਿਆਦਾ ਆ ਗਈ, ਕਮਜ਼ੋਰੀ ਆ ਗਈ। ਜਦੋਂ ਤੁਸੀਂ ਕਮਜ਼ੋਰ ਹੋ ਜਾਂਦੇ ਫਿਰ ਤੁਹਾਡਾ ਦਿਲ ਵੀ ਘੱਟ ਕਰਨ ਲੱਗ ਜਾਂਦਾ, ਫਿਰ ਤੁਹਾਨੂੰ ਐਂ ਲੱਗਦਾ ਕਿ ਲੋੜ ਨਹੀਂ ਗੀ। ਪਰ ਭਾਰ 62 ਕਿਲੋ ਤੋਂ ਥੱਲੇ ਤੋੜਨ ਲਈ ਹੁਣ ਇਸ ਚੀਜ਼ ਨੂੰ ਵੀ ਤੋੜਨਾ ਸੀ, ਅਤੇ ਐਕਸਰਸਾਈਜ਼ ਵੀ ਵਧਾਉਣੀ ਸੀ। ਹਾਂ, ਕੌਣ
यू आर द वन जे शायद जे तो अलावा मेरी जिंदगी इदा का मेरा कोई ट्रेनिंग नहीं होगा जो इदा का कोई काम कर सके। बहुत ही वधिया तरीके नाल कीता उन्हां सारा कुछ ते पर उन्होंने कंप्लीट कर लिया। ये पहला टारगेट यही 15 दिन दे विच 10 किलो घटाना बहुत ही औखा सी सानू, मतलब पॉसिबल नहीं सी लगता, पर स्टिल उन्होंने ये चीज कीती। ते सब तो शॉकिंग गल ये सी कि कल शूट आ ते जेड़ा मैं भार घटाया पिछले 15-20 दिन दे विच हुण कल नू शूट आ ते जदों मैं शूट ते पहुंचया उस शूट तो अगे 30 दिन या 35 दिन जिन्ने भी दिन लगे उन्ना ही भार रखना सी। ये सब तो औखा काम सी। हुण मैं ना तो भज सकदा सी ना मैं जे मैं डाइट नहीं जे मैं खाऊंगा नहीं तो मैं शूट किदां करूँगा, मेरे च एनर्जी नहीं होगी, मैनू ऐ लगेगा कि यार मैं काम किदां करूँगा, जे मैं खाऊंगा नहीं मैं काम किदां करूँगा। हुण ये जिहड़े 30-35 दिन सी ना ये बड़े औखे सी। ਅੱਗੇ ਜਿੰਨਾ ਵੀ ਸ਼ੂਟ ਚੱਲਣਾ ਸੀਗਾ ਸਾਰਾ ਸੇਮ ਲੁੱਕ ਦੇ ਵਿੱਚ ਸੇਮ ਹੀ ਉੱਦਾਂ ਦੇ ਬੋਡੀ ਸਟਰਕਚਰ ਰਹੇਗਾ। ਉਹ ਵੀ ਬਹੁਤ ਡਿਫਿਕਲਟੀਜ਼ ਆਈਆਂ ਤੇ ਉਹ ਵੀ ਤੁਹਾਨੂੰ ਹੌਲੀ ਹੌਲੀ ਉਹਨਾਂ ਡਿਫਿਕਲਟੀਜ਼ ਬਾਰੇ ਦੱਸਾਂਗੇ। ਸਾਨੂੰ ਫਿਲਮ ਬਣਾਉਣ ਲੱਗੇ ਬੜੀਆਂ ਪ੍ਰੋਬਲਮਸ ਆਈਆਂ, ਕੁਝ ਪ੍ਰੋਬਲਮ ਤੁਹਾਨੂੰ ਪਤਾ ਆ ਪਰ ਕੁਝ ਤੁਹਾਨੂੰ ਨਹੀਂ ਪਤਾ। ਉਹ ਜਿਹੜੀਆਂ ਤੁਹਾਨੂੰ ਨਹੀਂ ਪਤਾ ਉਹ ਮੈਂ ਹੌਲੀ ਹੌਲੀ ਕਰਕੇ ਤੁਹਾਨੂੰ ਸਾਰੀਆਂ ਦੱਸੂਗਾ, ਮਤਲਬ ਕਿਉਂਕਿ ਉਹ ਜਿਹੜੀ ਚੀਜ਼ ਬਣਾਈ ਤੁਹਾਡੇ ਲਈ ਉਹ ਕਿੱਦਾਂ ਬਣੀ ਅਤੇ ਕੀ ਕੀਤਾ ਅਸੀਂ ਉਹਦੇ ਲਈ, ਉਹ ਸਾਰਾ ਕੁਝ ਤੁਹਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਸੋ ਇੱਕ ਇੱਕ ਕਰਕੇ ਮੈਂ ਸਾਰੀਆਂ ਚੀਜ਼ਾਂ ਹੌਲੀ ਹੌਲੀ ਕਰਕੇ ਤੁਹਾਨੂੰ ਜ਼ਰੂਰ ਦੱਸੂਗਾ। ਫਿਲਹਾਲ ਇਸ ਵੀਡੀਓ ਦੇ ਵਿੱਚ ਸਿਰਫ ਇਹ ਦੱਸਣਾ ਸੀ ਕਿ ਟਰਾਂਸਫੋਰਮੇਸ਼ਨ ਲਈ ਅਸੀਂ ਕੀ ਕੀਤਾ। ਐਂਡ ਥੈਂਕ ਯੂ ਤੁਸੀਂ ਸਾਰਿਆਂ ਨੇ ਦੇਖਿਆ ਅਤੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਬਹੁਤ ਸਪੋਰਟ ਕੀਤੀ। ਫਿਲਮ ਆ ਜਾਣੀ ਆ ਲੋਕਡਾਊਨ ਤੋਂ ਬਾਅਦ ਥੀਏਟਰਾਂ ਦੇ ਵਿੱਚ, ਸੋ ਤੁਸੀਂ ਪਲੀਜ਼ ਥੀਏਟਰ ਵਿੱਚ ਜਾ ਕੇ ਦੇਖਿਓ, ਬਹੁਤ ਕੁਛ ਨਵਾਂ ਅਤੇ ਬਹੁਤ ਕੁਛ ਅਲੱਗ ਤੁਹਾਨੂੰ ਦੇਖਣ ਲਈ ਮਿਲੂਗਾ ਸ਼ੂਟਰ ਫਿਲਮ ਦਾ ਥੀਏਟਰ ਦੇ ਵਿੱਚ। ਥੈਂਕ ਯੂ ਸੋ ਮੱਚ ਅਤੇ ਸਬਸਕ੍ਰਾਈਬ ਕਰ ਲਿਓ ਬਾਬਾ ਪਲੀ ਕਰੇ।